welcom students ਸਾਡਾ ਅਗਲਾ ਲੈਸਨ ਪ੍ਰਦੂਸ਼ਣ ਦੇ ਕਾਰਨ ਇਸ ਲੈਸਨ ਦੇ ਵਿੱਚ ਅਸੀਂ ਬਾਜ਼ੂ ਮੰਡਲ ਬਾਰੇ ਪੜਾਂਗੇ ਉਹਦੇ ਭਾਗ ਨੇ ਜਿਹੜੇ ਬਾਜ਼ੂ ਮੰਡਲ ਦੇ ਕਿਹੜੇ-ਕਿਹੜੇ ਹੁੰਦੇ ਨੇ ਉਹਨਾਂ ਬਾਰੇ ਪੜਾਂਗੇ ਜਿਵੇਂ ਅਸੀਂ ਜਾਣਦੇ ਹਾਂ ਕਿ ਜਿਹੜਾ ਸਮੋਗ ਆ ਜਿਹਦੇ ਵਿੱਚ ਧੁੰਦ ਤੇ ਧੂਆਂ ਤੋਂ ਖਰਾ ਦਾ ਮਿਸ਼ਰਣ ਹੁੰਦਾ ਹੈ ਇਹ ਵਾਤਾਵਰਣ ਲਈ ਬਹੁਤ ਹਾਨੀਕਾਰਕ ਹੈ ਜਿਹੜਾ ਹਵਾ ਦਾ ਪ੍ਰਦੂਸ਼ਣ ਆ ਇਸ ਕਰਕੇ ਹੁੰਦਾ ਏ ਸਮੋਕ ਕਰਕੇ ਤਾਂ ਇਹ ਸਮੋਗ ਆ ਜਿਹੜਾ ਉਹ ਕਾਫੀ ਜਿਆਦਾ ਇਹਦੇ ਪਿੱਛੇ ਕਾਰਨ ਨੇ ਜਿਹਦੇ ਵਿੱਚ ਹੈਵੀ ਟ੍ਰੈਫਿਕ ਉਹ ਜੋਨ ਗੈਸ ਦੀ ਜਿਹੜੀ ਓਜ਼ੋਨ ਦੀ ਲੇਅਰ ਆ ਉਸ ਕਰਕੇ ਵੀ ਇਹ ਹੁੰਦਾ ਏ ਪਹਿਲਾਂ ਅਸੀਂ ਵਾਯੂ ਮੰਡਲ ਦੇ ਟਾਂਚੇ ਦੀ ਗੱਲ ਕਰਦੇ ਆ ਇਹਦੇ ਵਿੱਚ ਜਿਹੜਾ ਕਿ ਚਾਰ ਭਾਗਾਂ ਦੇ ਵਿੱਚ ਵੰਡਿਆ ਹੋਇਆ ਏ ਟੋਪੋਸਫੀਅਰ ਸ਼ਾਂਤੀ ਮੰਡਲ ਸਟੈਟੋਸਫੀਅਰ ਸੰਪਾਤ ਮੰਡਲ ਸੰਤਾਪ ਮੰਡਲ ਮਧਵਰਤੀ ਮੰਡਲ ਮੈਸੋਸਫੀਅਰ ਤਾਪ ਮੰਡਲ ਥਰਮੋਸਫੀਅਰ ਜਿਹੜਾ ਸ਼ਾਂਤੀ ਮੰਡਲ ਆ ਵਾਜੂ ਮੰਡਲ ਦੀ ਸਭ ਤੋਂ ਹੇਠਲੀ ਪਰਤ ਹੁੰਦੀ ਆ ਧਰਤੀ ਦੇ ਆਲੇ ਦੁਆਲੇ ਇਸ ਦਾ ਆਕਾਰ ਅੰਡੇ ਵਰਗਾ ਹੁੰਦਾ ਹੈ ਇਸ ਦੀ ਉਚਾਈ ਜਿਹੜੀ 12 ਕਿਲੋਮੀਟਰ ਹੁੰਦੀ ਹੈ ਭੂਮਧ ਰੇਖਾ ਤੇ ਇਸ ਦੀ ਉਚਾਈ 16 ਤੋਂ 18 ਕਿਲੋਮੀਟਰ ਤੇ ਧਰੂਵੀ ਖੇਤਰਾਂ ਵਿੱਚ 6 ਤੋਂ 8 ਕਿਲੋਮੀਟਰ ਦੇ ਲਗਭਗ ਹੁੰਦੀ ਹੈ ਇਹਦੀ ਉਚਾਈ ਮੌਸਮ ਨਾਲ ਸੰਬੰਧਿਤ ਕਿਰਿਆਵਾਂ ਜਿਹੜੀਆਂ ਨੇ ਮੀਂਹ ਹਨੇਰੀ ਬੱਦਲ ਤੂਫਾਨ ਆਦਿ ਇਹ ਸਤਹ ਵਿੱਚ ਹੀ ਵਾਪਰਦੇ ਨੇ ਜਲ ਕਣਾਂ ਦੀ ਜਿਆਦਾ ਮਾਤਰਾ ਵੀ ਇਸ ਪਰਤ ਵਿੱਚ ਹੁੰਦੀ ਹੈ ਜਿਉਂ-ਜਿਉਂ ਅਸੀਂ ਇਸ ਪਰਤ ਦੇ ਵਿੱਚ ਉੱਪਰ ਨੂੰ ਜਾਂਦੇ ਹਾਂ ਤਾਂ ਤਾਪਮਾਨ ਜਿਹੜਾ ਉਹ ਘਟਦਾ ਜਾਂਦਾ ਹੈ। ਤਾਪਮਾਨ ਜਿਹੜਾ ਉਹ 5 ਡਿਗਰੀ ਤੋਂ 6 ਡਿਗਰੀ ਸੈਲਸੀਅਸ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਘਟਦਾ ਜਾਂਦਾ ਹੈ। ਸਾਰੇ ਵਾਯੂ ਮੰਡਲ ਦੀ 50 ਸੌਰੀ 75% ਹਵਾ ਇਸੇ ਪਰਤ ਵਿੱਚ ਪਾਈ ਜਾਂਦੀ ਹੈ। ਇੱਥੇ ਐਟਮੋਸਫੀਅਰ ਦੀਆਂ ਲੇਅਰਸ ਦਾ ਇੱਕ ਡਾਇਗਰਾਮ ਆ। ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ किन्ने किलोमीटर तो की चीज़ आता इतों तुम जानकारी लै सकते हो ओजोन लेयर मैसोसुफीयर अगे है संताप समताप मंडल स्टेडोसुफीयर ਸ਼ਾਂਤ ਮੰਡਲ ਤੋਂ ਉੱਪਰਲੀ ਪਰਤ ਨੂੰ ਸੰਤਾਪ ਮੰਡਲ ਕਹਿੰਦੇ ਨੇ ਇਸ ਪਰਤ ਦੀ ਉਚਾਈ ਮੌਸਮ ਤੇ ਵਿਥਕਾਰ ਅਨੁਸਾਰ ਬਦਲਦੀ ਰਹਿੰਦੀ ਹੈ ਗਰਮੀ ਦੀ ਰੁੱਤ ਵਿੱਚ ਸਰਦੀ ਦੀ ਰੁੱਤ ਨਾਲੋਂ ਇਹ ਪਰਤ ਬਧੇਰੇ ਉਚਾਈ ਤੋਂ ਸ਼ੁਰੂ ਹੁੰਦੀ ਹੈ ਭੂਮਤ ਰੇਖਾ ਤੇ ਇਸ ਦੀ ਉਚਾਈ 15 ਕਿਲੋਮੀਟਰ ਅਤੇ 60 ਡਿਗਰੀ ਵਿਥਕਾਰ ਉਤੇ 10 ਕਿਲੋਮੀਟਰ ਤੋਂ ਸ਼ੁਰੂ ਹੁੰਦੀ ਹੈ ਇਸ ਭਾਗ ਦੀ ਅਮੁੱਖ ਵਿਸ਼ੇਸ਼ਤਾਵਾਂ ਕੀ ਨੇ ਘੱਟ ਕਣਤਾ ਵਾਲੀ ਹਵਾ ਹੁੰਦੀ ਹੈ ਨੀਵਾ ਪਰ ਬਰਾਬਰ ਬਣਿਆ ਰਹਿਣ ਵਾਲਾ ਤਾਪਮਾਨ ਹੁੰਦਾ ਹੈ ਵਦਰਾਂ ਦੀ ਹੋਂਦ ਹੁੰਦੀ ਹੈ ਇੱਥੇ ਅਰਥਾਤ ਆਕਾਸ਼ ਸਾਫ਼ ਰਹਿੰਦਾ ਹੈ ਇਸ ਕਰਕੇ ਹਵਾ ਦੀ ਜਿਹੜੀ ਸੰਵਹਿਣ ਲਹਿਰਾਂ ਨੇ ਉਹ ਨਹੀਂ ਹੁੰਦੀਆਂ ਇੱਥੇ ਸਮਤਾਪ ਮੰਡਲ ਆਮ ਕਰਕੇ 50 ਤੋਂ 55 ਕਿਲੋਮੀਟਰ ਤੱਕ ਫੈਲਿਆ ਹੁੰਦਾ ਹੈ ਇਸ ਦੀ ਅਵਿਸ਼ੇਸ਼ਾ ਵਿਸ਼ੇਸ਼ਤਾਵਾਂ ਕਰਕੇ ਬਾਜੂ ਮੰਡਲ ਦਾ ਇਹ ਭਾਗ ਹੈ ਜਿਹੜਾ ਹਵਾਈ ਜਹਾਜ਼ਾਂ ਦੀ ਉਡਾਨ ਲਈ ਬਹੁਤ ਹੀ ਯੋਗ ਹੈ ਅਸੀਂ ਕਹਿ ਸਕਦੇ ਹਾਂ ਕਿ ਇਸੇ ਭਾਗ ਦੇ ਵਿੱਚ ਹਵਾਈ ਜਾਂ ਜਾਂਜਾਂ ਦੀ ਉਡਾਣਾਂ ਜਿਹੜੀ ਉੱਪਰ ਹੀ ਜਾਂਦੀ ਆ ਇਸ ਭਾਗ ਵਿੱਚਲੀ ਓਜ਼ੋਨ ਗੈਸ ਸੂਰਜ ਤੋਂ ਆਉਣ ਵਾਲੀਆਂ ਪ੍ਰਾਭੈਂਗਣੀ ਕਿਰਨਾਂ ਜਿਹੜੀਆਂ ਜੀਵ ਜਗਤ ਲਈ ਹਾਨੀਕਾਰਕ ਹੁੰਦੀਆਂ ਹਨ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ ਇਸ ਮੰਡਲ ਦੀ ਉੱਪਰਲੀ ਤ्या ਨੂੰ ਸੰਤਾਪ ਸੀਮਾ ਈਆਮ ਕਰਕੇ ਬਾਜ਼ੂ ਮੰਡਲ ਦੀ 50 ਕਿਲੋਮੀਟਰ ਉਚਾਈ ਤੇ ਹੁੰਦੀ ਹੈ ਫਿਰ ਅੱਗੇ ਹੈਗਾ ਮਧੂ ਵਰਤੀ ਮੰਡਲ ਸਮਤਾ ਮੰਡਲ ਦੀ ਉਤਲੀ ਵਾਯੂ ਮੰਡਲ ਦੀ ਪਰਤ ਨੂੰ ਮਧਵਰਤੀ ਮੰਡਲ ਆਖਦੇ ਨੇ ਇਹ ਪੰਜਾਬ ਤੋਂ 80 ਕਿਲੋਮੀਟਰ ਤੱਕ ਫੈਲਿਆ ਹੁੰਦਾ ਹੈ ਇਸ ਪਰਤ ਦੀ ਉਚਾਈ ਇਸ ਪਰਤ ਵਿੱਚ ਉਚਾਈ ਦੇ ਨਾਲ-ਨਾਲ ਤਾਪਮਾਨ ਘਟਦਾ ਜਾਂਦਾ ਹੈ ਵਾਯੂ ਮੰਡਲ ਦੇ 80 ਕਿਲੋਮੀਟਰ ਤੋਂ -90 ਡਿਗਰੀ ਸੈਲਸੀਅਸ ਹੋ ਜਾਂਦਾ ਹੈ ਮਧਵਰਤੀ ਮੰਡਲ ਦੇ ਉੱਪਰਲੀ ਸੀਮਾ ਨੂੰ ਮਧਵਰਤੀ ਸੀਮਾ ਕਿਹਾ ਜਾਂਦਾ ਸੀਮਾ ਤੋਂ ਅੱਗੇ ਤਾਪਮਾਨ ਉੱਪਰ ਵੱਲ ਨੂੰ ਫਿਰ ਵਧਣਾ ਸ਼ੁਰੂ ਹੋ ਜਾਂਦਾ ਹੈ ਅੱਗੇ ਜਿਹੜੀ ਬਾਜੂ ਮੰਡਲ ਦੀ ਤੈ ਹੈ ਉਸ ਨੂੰ ਥਰਮੋਸਫੀਅਰ ਜਾਂ ਤਾਪ ਮੰਡਲ ਕਹਿੰਦੇ ਨੇ ਮੱਧਵਰਤੀ ਸੀਮਾ ਤੋਂ ਉੱਪਰ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਇਸ ਪਰਤ ਨੂੰ ਤਾਪ ਮੰਡਲ ਕਿਹਾ ਜਾਂਦਾ ਹੈ ਇਸ ਮੰਡਲ ਵਿੱਚ ਗੈਸਾਂ ਦੀ ਮਾਤਰਾ ਘੱਟ ਹੁੰਦੀ ਹੈ ਤਾਪ ਮੰਡਲ ਵਿੱਚਲੀ ਸਭ ਤੋਂ ੇਠਲੀ ਪਰਤ ਨੂੰ ਆਇਨ ਮੰਡਲ ਕਹਿੰਦੇ ਨੇ ਜੋ ਕਿ ਬਾਜੂ ਮੰਡਲ ਦੇ 100 ਕਿਲੋਮੀਟਰ ਤੋਂ 300 ਕਿਲੋਮੀਟਰ ਤੱਕ ਦੀ ਉਚਾਈ ਤੱਕ ਹੁੰਦੀ ਹੈ ਇਸ ਮੰਡਲ ਵਿੱਚ ਬਿਜਲਈ ਅਣੂ ਪਾਏ ਜਾਂਦੇ ਨੇ ਜਿਹੜੇ ਰੇਡੀਓ ਤਰੰਗਾਂ ਨੂੰ ਧਰਤੀ ਦੇ ਵਿੱਚ ਵਾਪਸ ਮੋੜਨ ਵਿੱਚ ਸਹਾਇਤਾ ਕਰਦੇ ਨੇ ਇਨ੍ਹਾਂ ਦੇ ਆਧਾਰ ਤੇ ਵਾਇਰਲੈਸ ਸੰਚਾਰ ਨੇ ਜਿਹੜੇ ਵਾਇਰਲੈਸ ਕਮਿਊਨੀਕੇਸ਼ਨ ਪ੍ਰਣਾਲੀ ਆ ਉਹ ਕੰਮ ਕਰਦੀ ਆ ਬਾਹੂ ਮੰਡਲ ਦੀ ਬਾਹਰਲੀ ਪਰਤ ਨੂੰ ਬਾਹੀ ਮੰਡਲ ਆਖਦੇ ਨੇ ਇਸ ਦੀ ਬਹੁਤੀ ਜਾਣਕਾਰੀ ਨਹੀਂ ਪਰ ਇਨ੍ਹਾਂ ਕਾ ਯਕੀਨ ਜ਼ਰੂਰ ਆ ਕਿ ਇਸ ਪਰਤ ਵਿੱਚ ਬਹੁਤ ਘੱਟ ਘੱਟੜਤਾ ਵਾਲੀਆਂ ਗੈਸਾਂ ਹਾਈਡਰੋਜਨ ਤੇ ਹੀਲੀਅਮ ਹੁੰਦੀਆਂ ਨੇ ਇਹ ਤਾਂ ਸੀਗੀ ਧਰਤੀ ਦੇ ਵਾਯੂ ਮੰਡਲ ਦੀ ਗੱਲ ਅੱਗੇ ਤਾਪਮਾਨ ਦੀ ਗੱਲ ਕਰਾਂਗੇ ਅਸੀਂ ਹਵਾ ਵਿੱਚਲੀ ਗਰਮੀ ਨੂੰ ਉਸ ਦਾ ਤਾਪਮਾਨ ਕਿਹਾ ਜਾਂਦਾ ਹੈ ਜਿਹੜਾ ਤਾਪਮਾਨ ਉਹ ਹਵਾ ਦੇ ਤਾਪਮਾਨ ਵਾਂਗ ਕਿਸੇ ਵਸਤੂ ਜਾਂ ਜੀਵ ਦੇ ਅੰਦਰੂਨੀ ਗਰਮੀ ਨੂੰ ਵੀ ਤਾਪਮਾਨ ਕਿਹਾ ਜਾਂਦਾ ਹੈ ਜੇ ਹਵਾ ਦਾ ਤਾਪਮਾਨ ਤਾਂ ਕਿਸੇ ਜੀਵ ਦਾ ਅੰਦਰੂਨੀ ਗਰਮੀ ਹੈ ਜਿਹੜੀ ਉਸ ਨੂੰ ਵੀ ਤਾਪਮਾਨ ਕਿਹਾ ਜਾਂਦਾ ਹੈ ਜਿਵੇਂ ਅਸੀਂ ਕਹਿੰਦੇ ਹਾਂ ਕਿ ਬੁਖਾਰ ਹੁੰਦਾ ਤਾਂ ਉਹ ਇੱਕ ਤਾਪਮਾਨ ਦਾ ਵਧਣਾ ਹੀ ਹੁੰਦਾ ਸਰੀਰ ਦੇ ਅੰਦਰ ਜਿਸ ਤਰ੍ਹਾਂ ਆਮ ਵਾਤਾਵਰਣ ਦੇ ਵਿੱਚ ਤਾਪਮਾਨ ਦਾ ਵਧਣਾ ਹੁੰਦਾ ਹੈ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਅੰਤਰ ਹੁੰਦਾ ਹੈ ਦੋਨਾਂ ਮੌਸਮ ਇਸ ਪ੍ਰਕਾਰ ਮੌਸਮਾਂ ਦੇ ਤਾਪਮਾਨ ਵਿੱਚ ਵੀ ਅੰਤਰ ਹੁੰਦਾ ਹੈ ਮੌਸਮ ਅਨੁਸਾਰ ਤਾਪਮਾਨ ਜਿਹੜਾ ਉਹ ਬਦਲਦਾ ਰਹਿੰਦਾ ਹੈ ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕ ਹੀ ਸਮੇਂ ਵਿੱਚ ਅਲੱਗ-ਅਲੱਗ ਤਾਪਮਾਨ ਹੁੰਦਾ ਹੈ ਅਸੀਂ ਕਹਿੰਦੇ ਕਿ ਇੱਕ ਜਗ੍ਹਾ ਦੇ ਉੱਤੇ ਠੰਡਾ ਮੌਸਮ ਤੇ ਦੂਸਰੀ ਜਗ੍ਹਾ ਦੇ ਉੱਤੇ ਗਰਮ ਮੌਸਮ ਹੁੰਦਾ ਹੈ ਤਾਂ ਇਸ ਦਾ ਭਾਵ ਕਿ ਇੱਕ ਜਗ੍ਹਾ ਤੇ ਤਾਪਮਨ ਘਟੇ ਤੇ ਦੂਸਰੀ ਜਗ੍ਹਾ ਤੇ ਹਵਾ ਵਿੱਚ ਤਾਪਮਨ ਵੱਧ ਹੁੰਦਾ ਏ ਧਰਤੀ ਨੂੰ ਤਾਪਮਨ ਦੇਣ ਵਾਲੇ ਸਿਰਫ ਦੋ ਹੀ ਸੌਮੇ ਨੇ ਸੂਰਜ ਤੇ ਧਰਤੀ ਦਾ ਅੰਦਰਲਾ ਤਾਪਮਨ ਇਹਨਾਂ ਵਿੱਚ ਸੂਰਜ ਦੀ ਮਹੱਤਤਾ ਵਧੇਰੇ ਆ ਸੂਰਜ ਜਿਹੜਾ ਏ ਉਹ ਧਰਤੀ ਨੂੰ ਬਹੁਤ ਗਰਮ ਰੱਖਦਾ ਏ ਇਹਦੇ ਨਾਲ ਹੀ ਵਾਯੂ ਮੰਡਲ ਆ ਜਿਹੜਾ ਉਹ ਗਰਮ ਹੁੰਦਾ ਏ ਕਿਸੇ ਜਗ੍ਹਾ ਦੇ ਤਾਪਮਾਨ ਦੇ ਬਹੁਤ ਸਾਰੇ ਤੱਤ ਨੇ ਅਸਰ ਪਾਉਂਦੇ ਨੇ ਇਹਨਾਂ ਤੱਤਾਂ ਨੂੰ ਵੀ ਅਸੀਂ ਜਾਣਾਂਗੇ ਪਰ ਪਹਿਲਾਂ ਅਸੀਂ ਦੇਖਾਂਗੇ ਕਿ ਤਾਪਮਾਨ ਮਾਪਿਆ ਕਿਵੇਂ ਜਾਂਦਾ ਏ ਇੱਥੇ ਦੋ ਇੰਸਟਰੂਮੈਂਟ ਨੇ ਤਾਪਮਾਨ ਮਾਪਣ ਦੇ ਉੱਚਤਮ ਤੇ ਨਿਯੁਕਤਮ ਥਰਮਾਮੀਟਰ ਗਿੱਲੀ ਤੇ ਸੁੱਕੀ ਗੋਲੀ ਦਾ ਥਰਮਾਮੀਟਰ ਜਿਹੜਾ ਤਾਪਮਾਨ ਹੈ ਇਹਨਾਂ ਥਰਮਾਮੀਟਰ ਰਾਹੀਂ ਮਾਪਿਆ ਜਾਂਦਾ ਹੈ ਤੇ ਡਿਗਰੀਆਂ ਵਿੱਚ ਦੱਸਿਆ ਜਾਂਦਾ ਹੈ। ਤਾਪਮਾਨ ਮਾਪਣ ਲਈ ਦੋ ਮਾਪ ਪੈਮਾਨੇ ਵਰਤੇ ਜਾਂਦੇ ਨੇ ਇੱਕ ਸੈਲਸੀਅਸ ਤੇ ਦੂਜਾ ਫਾਰਨਹੀਟ। ਸੈਲਸੀਅਸ ਪੈਮਾਨੇ ਮੁਤਾਬਕ ਪਾਣੀ 0 ਡਿਗਰੀ ਤੇ ਜੰਮ ਜਾਂਦਾ ਹੈ ਤੇ ਫਾਰਨਹੀਟ ਪੈਮਾਨੇ ਮੁਤਾਬਕ 32 ਡਿਗਰੀ ਤੇ ਜੰਮਦਾ ਹੈ। ਸੈਲਸੀਅਸ ਮਾਤਵਕ ਪਾਣੀ 100 ਡਿਗਰੀ ਤੇ ਉਬਲਦਾ ਫਾਰਨਹੀਟ ਮੁਤਾਬਕ ਪਾਣੀ ਜਿਹੜਾ 212 ਡਿਗਰੀ ਤੇ ਉਬਲਦਾ ਹੈ। ਅਗੇ ਤਾਪਮਾਨ ਤੇ ਅਸਰ ਪਾਉਣ ਵਾਲੇ ਤੱਤ ਕਿਹੜੇ-ਕਿਹੜੇ ਨੇ ਪੂਮਧਰ ਰੇਖਾ ਪੂਮਧਰ ਰੇਖਾ ਤੋਂ ਦੂਰੀ ਕਿਸੇ ਜਗ੍ਹਾ ਦਾ ਤਾਪਮਾਨ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉੱਥੇ ਕਿੰਨਾ ਸੂਰਜੀ ਤਾਪ ਪ੍ਰਾਪਤ ਹੁੰਦਾ ਹੈ ਪੂਮਧਰ ਰੇਖਾ 0 ਡਿਗਰੀ ਅਕਸ਼ਾਂਸ਼ ਤੇ ਸੂਰਜ ਦੀਆਂ ਕਿੰਨਾ ਸਿੱਧੀਆਂ ਪੈਣ ਕਰਕੇ ਤਾਪਮਾਨ ਜ਼ਿਆਦਾ ਹੁੰਦਾ ਹੈ ਜਿਉਂ-ਜਿਉਂ ਪੂਮਧਰ ਰੇਖਾ ਤੋਂ ਧਰੂਵਾਂ ਵੱਲ 0 ਡਿਗਰੀ ਤੋ 90 ਡਿਗਰੀ ਅਕਸ਼ਾਂਸ ਵੱਲ ਜਾਂਦੇ ਆ ਤਾਂ ਤਾਪਮਾਨ ਜਿਹੜਾ ਉਹ ਘਟਦਾ ਜਾਂਦਾ ਏ ਕਿਉਂਕਿ ਸੂਰਜ ਦੀਆਂ ਕਿਰਨਾਂ ਟੇਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਧਰੁਵਾਂ ਦੇ ਉੱਤੇ ਜਿਹੜੀਆਂ ਇਹ ਕਿਰਨਾਂ ਨੇ ਟੇਡੀਆਂ ਪੈਂਦੀਆਂ ਨੇ ਅੱਗੇ ਇਸ ਚਿੱਤਰ ਰਾਹੀਂ ਤੁਸੀਂ ਇਸ ਨੂੰ ਆਸਾਨੀ ਨਾਲ ਸਮਝ ਸਕਦੇ ਹੋ ਧਰਤੀ ਦੇ ਤਾਪਮਾਨ ਨੂੰ ਅੱਗੇ ਸਮੁੰਦਰ ਤਲ ਤੋਂ ਉਚਾਈ ਹੈ ਜਿਹੜੀ ਉਹ ਵੀ ਤਾਪਮਾਨ ਨੂੰ ਨਿਰਧਾਰਤ ਕਰਦੀ ਆ ਜਿਉਂ-ਜਿਉਂ ਅਸੀਂ ਉੱਪਰ ਵੱਲ ਨੂੰ ਜਾਂਦੇ ਹਾਂ ਤਾਂ ਤਾਪਮਾਨ ਘਟਦਾ ਜਾਂਦਾ ਏ ਅਸੀਂ ਪਹਾੜਾਂ ਵੱਲ ਨੂੰ ਜਾਂਦੇ ਹਾਂ ਧਰਤੀ ਮੀਨਜ਼ ਸਮੁੰਦਰ ਤਲ ਤੋਂ ਉੱਚੇ ਹੁੰਦੇ ਜਾਂਦੇ ਹਾਂ ਤਾਂ ਤਾਪਮਾਨ ਜਿਹੜਾ ਘਟਦਾ ਜਾਂਦਾ ਏ ਉਚਾਈ ਦੇ ਨਾਲ ਤਾਪਮਾਨ ਘਟਣ ਕਾਰਨ ਸੂਰਜ ਤੋਂ ਪ੍ਰਾਪਤ ਹੋਣ ਵਾਲੀ ਗਰਮੀ ਹੁੰਦੀ ਆ ਕਿਉਂਕਿ ਉੱਥੇ ਜਿਹੜੀ ਗਰਮੀ ਆ ਉਹ ਘਟ ਮਹਿਸੂਸ ਹੁੰਦੀ ਆ ਪਹਿਲਾਂ ਧਰਤੀ ਗਰਮ ਹੁੰਦੀ ਹੈ ਫਿਰ ਵਾਯੂ ਮੰਡਲ ਗਰਮ ਹੁੰਦਾ ਹੈ ਇਸ ਲਈ ਧਰਤੀ ਦੇ ਸਤ੍ਹਾ ਦੇ ਨੇੜੇ ਦਾ ਵਾਯੂ ਮੰਡਲ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਗਰਮ ਹੁੰਦਾ ਹੈ ਜਿਉਂ-ਜਿਉਂ ਇਸ ਸਤ੍ਹਾ ਤੋਂ ਅਸੀਂ ਉੱਪਰ ਵੱਲ ਨੂੰ ਜਾਵਾਂਗੇ ਤਾਪਮਾਨ ਘਟਦਾ ਜਾਂਦਾ ਹੈ ਸਮੁੰਦਰ ਤੋਂ ਦੂਰੀ ਆ ਜਿਹੜੀ ਉਹ ਵੀ ਤਾਪਮਾਨ ਨੂੰ ਨਿਰਧਾਰਤ ਕਰਦੀ ਆ ਸਮੁੰਦਰ ਨੇੜੇ ਜਿਹੜੀਆਂ ਥਾਵਾਂ ਹੁੰਦੀਆਂ ਨੇ ਉੱਥੇ ਤਾਪਮਾਨ ਨਾ ਤਾਂ ਬਹੁਤਾ ਜ਼ਿਆਦਾ ਹੁੰਦਾ ਤੇ ਨਾ ਹੀ ਘੱਟ ਹੁੰਦਾ ਹੈ ਪਰ ਜਿਉਂ ਹੀ ਅਸੀਂ ਸਮੁੰਦਰ ਤੋਂ ਦੂਰ ਜਾਂਦੇ ਹਾਂ ਤਾਂ ਤਾਪਮਾਨ ਵਿੱਚ ਵਖਰੇਵਾ ਹੈ ਜਿਹੜਾ ਉਹ ਵੱਧਦਾ ਜਾਂਦਾ ਹੈ ਫਿਰ ਹੈਗਾ ਧਰਤੀ ਦੇ ਸਤਹ ਦੀ ਕਿਸਮ ਜਮੀਨ ਤੇ ਕਿਸ ਪ੍ਰਕਾਰ ਦੀ ਬਰਸਪਤੀ ਪਾਈ ਜਾਂਦੀ ਆ ਧਰਤੀ ਦੀ ਸਤਹ ਤੇ ਬਰਫ਼ ਜੰਮੀ ਹੋਈ ਆ ਜਾਂ ਖੁਸ਼ਕ ਮਾਰੂਥਲ ਆ ਜਾਂ ਸੰਘਣੇ ਜੰਗਲਾਂ ਨਾਲ ਢਕੀ ਹੋਈ ਆ ਆਦੀ ਜਿਹੜੀਆਂ ਗੱਲਾਂ ਨੇ ਇਹ ਵੀ ਤਾਪਮਾਨ ਦੀ ਵੰਡ ਤੇ ਅਸਰ ਪਾਉਂਦੀਆਂ ਨੇ ਕਿਉਂਕਿ ਮਾਰੂਥਲ ਵਿੱਚ ਤਾਪਮਾਨ ਦਿਨ ਵੇਲੇ ਜ਼ਿਆਦਾ ਹੁੰਦਾ ਕਿਉਂਕਿ ਰੇਤ ਜਲਦੀ ਗਰਮ ਹੋ ਜਾਂਦੀ ਆ ਤੇ ਰਾਤ ਵੇਲੇ ਉੱਥੇ ਤਾਪਮਾਨ ਘਟ ਜਾਂਦਾ ਏ ਖੁਸ਼ਕ ਮਾਰੂਥਲਾਂ ਵਿੱਚ ਤਾਪਮਾਨ ਦਿਨ ਵਿੱਚ ਜਿਆਦਾ ਤੇ ਰਾਤ ਨੂੰ ਘਟ ਇਸੇ ਤਰ੍ਹਾਂ ਸੰਘਣੇ ਜੰਗਲਾਂ ਵਿੱਚ ਜਿਹੜਾ ਤਾਪਮਾਨ ਉਹ ਜਿਆਦਾ ਨਹੀਂ ਵਧਦਾ ਫਿਰ ਢਲਾਣਾਂ ਦਾ ਰੁਖ ਕਿੱਧਰ ਨੂੰ ਆ ਇਹ ਵੀ ਤਾਪਮਾਨ ਨੂੰ ਨਿਰਧਾਰਤ ਕਰਦਾ ਏ ਬੱਦਲ ਵਾਈ ਤੇ ਵਰਖਾ ਜਿਹੜੀ ਆ ਕਿੰਨੀ ਹੁੰਦੀ ਆ ਕਿੰਨੀਕ ਜਿਹੜੇ ਬੱਦਲ ਨਹੀਂ ਪਾਣੀ ਨੂੰ ਜਜ਼ਬ ਕਰਦੇ ਨੇ ਇਹ ਚੀਜ਼ਾਂ ਵੀ ਧਰਤੀ ਦੇ ਵਾਤਾਵਰਣ ਨੂੰ ਅਸਰ ਪਾਉਂਦੀਆਂ ਨੇ ਸਮੁੰਦਰੀ ਧਰਾਵਾਂ ਸਮੁੰਦਰੀ ਧਰਾਵਾਂ ਜਿਹੜੀਆਂ ਇਲਾਕਿਆਂ ਚੋਂ ਨਿਕਲਦੀਆਂ ਨੇ ਉੱਥੇ ਵੀ ਜਿਹੜਾ ਤਾਪਮਾਨ ਉਸ ਦਾ ਫਰਕ ਪੈਂਦਾ ਏ ਤਾਂ ਇਸ ਲੈਸਨ ਦੇ ਵਿੱਚ ਅਸੀਂ ਕਾਫੀ ਜਾਣਕਾਰੀ ਹਾਸਲ ਕੀਤੀ ਆ ਜੀ ਦੇ ਵਿੱਚ ਧਰਤੀ ਕੁਦਰਤੀ ਵਾਤਾਵਰਨ ਦੇ ਅੰਸ਼ ਕੀਤੇ ਨੇ ਅਸੀਂ ਮੁੱਖ ਗੈਸਾਂ ਵਾਯੂ ਮੰਡਲ ਦੀਆਂ ਵਾਯੂ ਮੰਡਲ ਦੇ ਜਿਹੜੇ ਭਾਗ ਨੇ ਉਹ ਤਾਪਮਾਨ ਕੀਤਾ ਹੈ ਤਾਪਮਾਨ ਦਾ ਵਧਣਾ ਘਟਣਾ ਇਹ ਚਾਰ ਪੰਜ ਨੁਕਤੇ ਨੇ ਜਿਹੜੇ ਅਸੀਂ ਇਸ ਲੈਸਨ ਵਿੱਚ ਕੀਤੇ ਨੇ ਉਮੀਦ ਆ ਕਿ ਤੁਹਾਨੂੰ ਇਹਨਾਂ ਲੈਸਨਾਂ ਤੋਂ ਫਾਇਦਾ ਮਿਲੇਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਫਿਰ ਮਿਲਦੇ ਆ ਨੈਕਸਟ ਟੌਪਿਕ ਨਾਲ ਓਕੇ ਥੈਂਕਸ